ਗਊ ਰੱਖਿਆ ਦਲ ਦੇ ਮੈਂਬਰਾਂ ਨੇ ਸਬਜ਼ੀ ਦੀ ਆੜ ਵਿੱਚ ਇੱਕ ਟਰੱਕ ਵਿੱਚ 4 ਗਊਆਂ ਲੈ ਕੇ ਜਾ ਰਹੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਸੰਬੰਧੀ ਗਊ ਰੱਖਿਆ ਦਲ ਦੇ ਮੈਂਬਰਾਂ ਨੇ ਦੱਸਿਆ ਕਿ ਟਰੱਕ ਚਾਲਕ ਵੱਲੋਂ ਟਰੱਕ ਵਿੱਚ ਗਊਆਂ ਨੂੰ ਲੁਕੋ ਕੇ ਉਸ ਉੱਪਰ ਇੱਕ ਸ਼ੈੱਡ ਬਣਾਈ ਹੋਈ ਸੀ ਜਿਸ ਉੱਤੇ ਸਬਜ਼ੀ ਰੱਖੀ ਹੋਈ ਸੀ। ਉਧਰ ACP ਨਿਰਮਲ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਗ੍ਰਿਫਤਾਰ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਜਾਵੇਗਾ ਜਿਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। ਦਰਸ਼ਨ ਰਾਣਾ, ਸੰਯੁਕਤ ਗਊ ਰੱਖਿਆ ਦਲ ਪੰਜਾਬ। ਅੱਜ ਜਲੰਧਰ ਦੇ ਵਿੱਚ ਜਿਹੜੀ ਗੱਡੀ ਕਾਬੂ ਕੀਤੀ ਹੈ, ਬਾਕਾਇਦਾ ਜਲੰਧਰ ਦੀ ਜਿਹੜੀ ਟੀਮ ਹੈ, ਇੱਥੇ ਜਿੰਨੇ ਵੀ ਸਹਿਯੋਗੀ ਹੈ ਮੇਰੇ ਨਾਲ, ਜਿਹੜੇ ਭਾਈ ਸਾਹਿਬ ਖੜੇ ਹੈ, ਹੋਰ ਵੀ ਹੈ, ਉਹਨਾਂ ਦੇ ਸਭ ਦੇ ਸਹਿਯੋਗ ਦੇ ਨਾਲ, ਪੁਲਿਸ ਪ੍ਰਸ਼ਾਸਨ ਦੀ ਮਦਦ ਦੇ ਨਾਲ, ਆਹ ਮੇਰੇ ਵੀਰ ਜੀ ਨਾਲ ਹੈ, ਸਾਰੇ ਇਕੱਠੇ ਹੋ ਕੇ ਨਾਲ ਸਭੀ ਹੈ। ਦੇਖੋ ਤੁਸੀਂ ਦੇਖ ਸਕਦੇ ਹੋ ਸਾਰਿਆਂ ਨੇ ਇੱਥੇ ਰਾਤ ਨੂੰ, ਦੇਖੋ ਇਸ ਟਾਈਮ 3-4 ਸਰ ਗਊ ਕਿੱਥੇ ਫੜੀ, ਬਰਾਮਦ ਕਿੱਥੋਂ ਹੋਈ ਹੈ? ਨਕੋਦਰ ਚੌਂਕ ਹੈ। ਕਿੱਥੋਂ ਮਗਰ ਕਰ ਰਹੇ, ਕਿੱਥੋਂ ਤੋਂ ਪਿੱਛਾ ਕਰ ਰਹੇ? ਮਗਰ ਦੀ ਗੱਲ ਕਰੀਏ ਜੀ, ਇਸ ਬੰਦੇ ਨੇ ਬਕਾਇਦਾ 3-4 ਦਿਨ ਤੋਂ ਇਹ ਅਸੀਂ ਨਾ ਇਹਦੀ ਮਤਲਬ ਭਾਲ ਚ ਲੱਗੇ ਸੀ। 3-4 ਦਿਨਾਂ ਤੋਂ ਟ੍ਰੈਪ ਲਾਇਆ ਸੀ ਤੁਸੀਂ, ਕਿਉਂਕਿ ਉਹਦਾ ਕਾਰਨ ਕੀ ਸੀਗਾ? ਇਹ ਬੰਦਾ ਇਸ ਤੋਂ ਪਹਿਲਾਂ ਵੀ ਤਸਕਰੀ ਕਰਦਾ, ਔਰ ਦੱਸਣਯੋਗ ਗੱਲ ਇਹ ਹੈ ਕਿ ਇਹ ਲੋਕ ਜਦੋਂ ਤਸਕਰੀ ਕਰਦੇ ਆ ਨਾਲ ਇਹਨਾਂ ਕੋਲ ਹਥਿਆਰ ਵੀ ਹੁੰਦੇ, ਅਗਰ ਇਹਦੀ ਤਲਾਸ਼ੀ ਕੀਤੀ ਜਾਵੇ ਬਕਾਇਦਾ ਤੇ ਅਸਲਾ ਵੀ ਮਿਲ ਸਕਦਾ। ਉਹਦਾ ਕਈ ਕਾਰਨ ਹੈ। ਜਦੋਂ ਅਸੀਂ ਗੱਡੀ ਦੇ ਪਿੱਛੇ ਰੁਕਵਾਉਣ ਦੀ, ਕਿਹੜੀ ਜਗ੍ਹਾ ਤੋਂ ਕਰ ਰਹੇ ਸੀ ਪਿੱਛਾ? ਮੋਗੇ ਸਾਈਡ ਅਸੀਂ ਨਾ ਰਸਤੇ 'ਚ ਜਦੋਂ ਰੁਕਵਾਉਣ ਦੀ ਕੋਸ਼ਿਸ਼ ਕੀਤੀ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ, ਇਹਨੇ ਗੱਡੀ ਭਜਾਈ ਬੜੀ ਸਪੀਡ ਦੇ ਨਾਲ, ਅਤੇ ਇਹਨੇ ਸਾਡੇ ਉੱਪਰ ਗੱਡੀ ਚੜਾਉਣ ਦੀ ਵੀ ਕੋਸ਼ਿਸ਼ ਕਰੀ, ਕਿਉਂਕਿ ਇਹਦੇ ਹਾਦਸੇ ਨਾਲ ਹੋ ਸਕਦਾ ਸਾਡੇ ਕੁਛ ਹਾਦਸਾ ਹੋ ਸਕਦਾ ਸੀ। ਪਰ ਜਲੰਧਰ ਦੇ ਵਿੱਚ ਬਕਾਇਦਾ ਜਲੰਧਰ ਦੀ ਜਿਹੜੀ ਟੀਮ ਹੈ, ਜਿਹੜੇ ਭਾਈ ਸਾਹਿਬ ਹੈ ਸਾਡੇ, ਇਹਨਾਂ ਦੀ ਮਦਦ ਨਾਲ ਇਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਬੁਲਾਇਆ, ਇਹਦੇ ਨਾਕੇਬੰਦੀ ਕਰਕੇ ਤੁਸੀਂ ਦੇਖ ਸਕਦੇ ਹੋ ਇਹ ਗਾਵਾਂ ਦੀ ਗੱਡੀ ਕਾਬੂ ਕੀਤੀ ਹੈ। ਪਰ ਇਹ ਗਾਵਾਂ ਦੀ ਜਿਹੜੀ ਤਸਕਰੀ ਹੈ, ਇਹ ਤਸਕਰੀ ਦਾ ਤਰੀਕਾ ਤੁਸੀਂ ਸ਼ਾਇਦ ਪਹਿਲਾਂ ਨਾ ਦੇਖਿਆ ਹੋਵੇ। ਇਹਦੇ 'ਚ ਇਹਨਾਂ ਨੇ ਕੀ ਕੀਤਾ, ਉੱਪਰ ਸਬਜ਼ੀਆਂ ਲੋਡ ਕਰਕੇ, ਘੀ ਆਦਿ ਹੋਰ ਸਬਜ਼ੀਆਂ ਲੋਡ ਕਰਕੇ ਬਕਾਇਦਾ ਉਹਦੇ ਨੀਚੇ ਛੱਤ ਬਣਾਈ ਫੱਟਿਆਂ ਦੀ, ਅਤੇ ਉਹ ਛੱਤ ਦੇ ਨਾਲ ਨੀਚੇ ਨੂੜ ਕੇ ਗੱਠੜੀ ਦੀ ਤਰ੍ਹਾਂ ਉਹ ਬੰਨ ਕੇ ਰੱਖੀ ਹੈ, ਤੁਸੀਂ ਲਾਈਵ ਦੇਖ ਸਕਦੇ ਹੋ ਇੱਥੇ। ਅਸੀਂ ਸਿਰਫ ਇੱਕੋ ਹੀ ਮੰਗ ਕਰਦੇ ਹਾਂ ਵੀ ਜਿਹੜੇ ਇਹ ਤਸਕਰ 2 ਕਾਬੂ ਕੀਤੇ ਹੈ, ਇਹਨਾਂ ਦੇ ਘੱਟੋ ਘੱਟ ਜ਼ਿਆਦਾ ਨਹੀਂ ਕਹਿੰਦੇ, 302 ਦਾ ਮੁਕੱਦਮਾ ਦਰਜ ਹੋਇਆ। ਲੋਕ ਸਾਨੂੰ ਕਹਿਣਗੇ ਵੀ 302 ਦਾ ਮੁਕੱਦਮਾ ਕਿਉਂ ਹੋਵੇ? ਕਹਿੰਦੇ ਕਿਸੇ ਦਾ ਅਗਰ ਕਤਲ ਹੁੰਦਾ ਤਾਂ ਉੱਥੇ 302 ਲੱਗਦੀ ਹੈ। ਸ਼ਾਇਦ ਹੁਣ ਲਾ ਚੇਂਜ ਹੋਏ ਹੈ। ਅਸੀਂ ਤਾਂ ਪ੍ਰਸ਼ਾਸਨ ਅੱਗੇ, ਸੈਂਟਰ ਗੌਰਮੈਂਟ ਅੱਗੇ ਵੀ ਇਹੀ ਮੰਗ ਕਰਦੇ ਹਾਂ ਵੀ ਇੱਦਾਂ ਦਾ ਕਾਨੂੰਨ ਹੋਵੇ ਜਿਹਦੇ ਤਹਿਤ ਜਦੋਂ ਵੀ ਤਸਕਰੀ ਵਾਲੀ ਗੱਡੀ ਫੜੇ ਤਾਂ ਉਹ ਸਭ ਘੱਟੋ ਘੱਟ ਉਮਰ ਕੈਦ ਤਾਂ ਜ਼ਰੂਰ ਹੋਵੇ। ਇਸ ਲਈ ਬੇਨਤੀ ਕਰਦੇ ਹਾਂ ਕਿ ਇਹਨਾਂ 'ਤੇ ਕਾਰਵਾਈ ਹੋਵੇ। ਜੈ ਗੁਰੂ। ਹਾਂਜੀ ਸਰ, ਕਿਆ ਮਾਮਲਾ ਹੈ? ਇਹ ਮੈਂ ਸਬ ਇੰਸਪੈਕਟਰ ਸਰਜੀਤ ਸਿੰਘ 4 ਨੰਬਰ ਦੇ ਵਿੱਚ ਡਿਊਟੀ ਅਫਸਰ ਹਾਂ ਜੀ। ਅੱਜ ਨਕੋਦਰ ਚੌਂਕ ਤੋਂ ਇੱਕ ਗੱਡੀ ਮਿਲੀ ਹੈ, ਥੱਲੇ ਸਬਜ਼ੀ ਲੱਦੀ ਹੋਈ ਹੈ, ਨੀਚੇ ਗਊਆਂ, ਉੱਤੇ ਸਬਜ਼ੀ ਹੈ। ਜੋ ਲੜਕੇ, ਦੋ ਕਿੰਨੇ ਲੜਕੇ ਬਰਾਮਦ ਹੋਏ? 2 ਲੜਕੇ, ਇੱਕ ਡਰਾਈਵਰ ਹੈ, ਕੁਛ ਕੇ ਸਾਥੀ। ਇਹ ਕਹਾਂ ਕਰ ਰਹੇ ਵਾਲਾ ਕੁਛ ਪਤਾ ਹੈ? ਇਹ ਅਭੀ ਇਨਵੈਸਟੀਗੇਸ਼ਨ ਚੱਲਦੀ ਹੈ ਜੀ। ਮੈਂ ਤਾਂ ਵੀ ਚਾਹਤਾ ਹੂੰ ਕਿ ਪਹਿਲੇ ਗਊਆਂ ਜਿਹੜੀਆਂ ਸਹੀ ਜਗ੍ਹਾ 'ਤੇ ਪਹੁੰਚ ਜਾਣ, ਉਸਕੇ ਬਾਅਦ ਉਸਕੀ ਕੁਛ ਕਰ। ਕਿੰਨੀ ਤਰਫ ਸੇ ਕੰਪਲੇਂਟ ਆਈ? ਹਾਂਜੀ, ਕੰਪਲੇਂਟ ਵਗੈਰਾ ਆਈ? ਮੈਨੂੰ ਕੰਟਰੋਲ ਰੂਮ ਤੋਂ ਫੋਨ ਆਇਆ ਸੀ। ਕਹਾਂ ਸੇ ਬਰਾਮਦ ਹੋਈ? ਇਹ ਨਕੋਦਰ ਚੌਂਕ। ਕਿੰਨੀ ਗਊਆਂ? ਇਨਵੈਸਟੀਗੇਸ਼ਨ ਸੇ ਬਰਾਬਰ ਪਤਾ ਲੱਗਾ, ਉਹ ਛੋਟਾ ਬੱਚਾ ਨਾ, ਵੈਸੇ 4 ਗਊਆਂ ਨੇ। ਕੁਛ ਜਾਨੀ ਮਤਲਬ ਕੈਸੇ ਜੀਵਤ ਹੈ? ਅਭੀ ਜੀਵਤ ਹੈ ਜੀ, ਅਭੀ ਤੋ ਜੀਵਤ ਹੈ। ਅਭੀ ਇਨਕੋ ਕਹਾਂ ਲੈ ਕੇ ਜਾ ਰਹੇ? ਅਭੀ ਗਊਸ਼ਾਲਾ ਮੈਂ ਕਿਸੀ ਨੇ ਲੈ ਕੇ ਜਾਤਾ ਹੈ। ਕੌਨ ਸਾ ਗਊਸ਼ਾਲਾ? ਇਹ ਤੋ ਅਭੀ ਦੇਖਤੇ ਹੈ ਕੌਨ ਸੀ ਮੈਂ ਲੈ ਕੇ ਜਾਤੇ ਹੈ, ਕਿਸੀ ਅੱਛੀ ਗਊਸ਼ਾਲਾ ਮੈਂ ਛੋੜ ਕੇ। ਜੋ ਸੰਸਥਾ ਕਾ ਕਹਿਣਾ ਹੈ ਕਿ ਟੋਟਲ 3 ਆਦਮੀ ਸ਼ਾਇਦ ਇੱਕ ਫਰਾਰ ਹੈ, ਉਸਨੂੰ ਬਾਰੇ ਵੀ ਪਤਾ ਲੱਗਾ? ਉਸਕੇ ਬਾਰੇ ਮੈਂ ਇਨਵੈਸਟੀਗੇਸ਼ਨ ਚੱਲੇਗੀ ਤੋ ਪਤਾ ਲੱਗੇਗਾ। ਅਭੀ ਤੋ ਸਬਸੇ ਪਹਿਲੇ ਤੋ ਮਰ ਧਿਆਨ ਗਊ ਮੈਂ ਹੈ ਕਿ ਗਊ ਜੋ ਸੁਰੱਖਿਅਤ ਬਚੇ, ਔਰ ਉਸਕੋ ਕੋਈ ਐਸੀ ਵੈਸੀ ਬਾਤ ਨਾ। ਕੋਈ ਗਾੜੀ ਕਾ ਪਤਾ ਲੱਗਾ? ਕੌਣ ਸੀ ਟ੍ਰਾਂਸਪੋਰਟ ਕੇ ਕਹਾਂ ਕਾ? ਅਭੀ ਮੇਰੀ ਡਰਾਈਵਰ ਕੇ ਸਾਥ ਬਾਤ ਨਹੀਂ, ਮੈਂ ਤੋ ਆਪਕੇ ਸਾਥ ਬਾਤ ਕਰ ਰਹਾ ਹੂੰ, ਔਰ ਪਬਲਿਕ ਸੇ ਸਾਥ ਬਾਤ ਕਰ ਬਚ ਕੇ। ਅਭੀ ਉਹ ਮੇਰੇ ਕੋ ਕਾਮ ਕਰਨਾ ਪਊ ਜੀ। ਦਿਵਾਕਰ, ਕਹਾਂ ਸੇ ਆ ਰਹੇ ਹੋ, ਗਾੜੀ ਕਹਾਂ ਸੇ ਲੈ ਕੇ ਆ ਰਹੇ ਹੋ? ਜਗ੍ਹਾ ਦਾ ਨਾਮ ਤੋ ਪਤਾ ਨਹੀਂ, ਮੈਂ ਫਿਲਹਾਲ ਮੈਂ ਦਿੱਲੀ ਰਹਤਾ ਹੂੰ। ਨਹੀਂ ਨਹੀਂ, ਗਾੜੀ ਤੁਮ ਲੈ ਕੇ ਆ ਰਹੇ ਹੋ, ਕਹਾਂ ਸੇ ਲੈ ਕੇ ਆ ਰਹੇ ਹੋ?
कहाँ जा रहे हो, कहाँ जाना था गाड़ी लेके, गाड़ी लेके कहाँ जाना था? पठानकोट। गाड़ी के अंदर क्या है? गाड़ी के अंदर क्या है? चार गाय लोड है। चार गाय लोड है। अच्छा, कहाँ से लेके आए हो? नाम तो पता नहीं, उनको पता होगा, मैं तो। तू साथ बैठे थे, को पता नहीं गाड़ी में क्या है? तो रहा हूं, जो गाड़ी लोड है। गाड़ी लोड है, गाड़ी में क्या है? गाड़ी कहाँ जानी थी? पठानकोट जाना था। पठानकोट जानी थी, कहाँ से आई है गाड़ी? गाड़ी जगह का ये नहीं पता मेरे को, जहाँ से